बिस्मिल्लाह रहमान रहीम। अस्सलाम वालेकुम नाज़रीन, फार्मिंग एंड बिज़नेस आइडियाज़ यूट्यूब चैनल में एक नई वीडियो के साथ हाजिर हैं आपकी खिदमत में। दोस्तों, इस वक्त मैं मौजूद हूं एक डेरी फार्म पर। ये मिक्स डेरी फार्म है, यहां पर कोज भी हैं, बफलोज़ भी हैं। इसके अलावा कोज के बछड़े और जो बफलोज़ हैं उनके कटे कटियां मौजूद हैं। तो इस वीडियो में ओवरऑल डेरी फार्मिंग के हवाले से एक मुकम्मल इंटरव्यू किया जाएगा, तो आपसे गुजारिश है कि वीडियो को मुकम्मल लाजमी देखें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम भाई जान, की नाम है ताडा? मुमदरजाक। मुमदरजाक साहब, इलाका केड़ा जी? बड़ियाना। ਬੜਿਆਣਾ। ਅੱਛਾ, ਤੁਸੀਂ ਮਾਸ਼ਾਅੱਲਾ ਗਾਈਆਂ ਤੇ ਮੱਝਾਂ ਰੱਖੀਆਂ ਨੇ ਜੀ, ਇਹ ਫਾਰਮਿੰਗ ਕਿੰਨੇ ਸਾਲਾਂ ਤੋਂ ਕਰਦੇ ਹੋ? ਉਹ ਇਹ ਤੇਰੇ ਕੋਲ 20-25 ਸਾਲ। 20-25 ਸਾਲਾਂ ਦਾ ਤਜਰਬਾ ਤੁਹਾਡਾ ਕਿਹੋ ਰਿਹਾ? ਮੈਂ ਠੀਕ ਰਿਹਾ, ਹੁਣ ਜ਼ਰਾ ਥੋੜ੍ਹੀ ਹਾਲਾਤ ਖਰਾਬ ਹੋ ਗਏ ਨੇ। ਹੁਣ ਮਤਲਬ ਕੋਈ ਨੁਕਸਾਨ ਵਿੱਚ ਆ ਰਿਹਾ ਜੀ? ਉਦੋਂ ਤਾਂ ਰੇਟ ਕੋਈ ਨਹੀਂ ਆਇਆ, ਅੱਗੇ ਤਾਂ ਮਹਿੰਗਾਈ ਹੋ ਗਈ ਹੈ ਬਹੁਤ, ਫਸਲਾਂ ਨੂੰ ਅੱਗ ਲੱਗ ਜਾਂਦੀ ਹੈ, ਕਣਕ ਨੂੰ ਲੱਗ ਜਾਂਦੀ ਹੈ, ਫਿਰ ਪਰਾਲੀਆਂ ਨੂੰ। ਤੁਸੀਂ ਮਹਿੰਗਾਈ ਦੀ ਵਜ੍ਹਾ ਨਾਲ ਪਰੇਸ਼ਾਨ ਹੋ? ਬਹੁਤ, ਕੋਈ ਨਹੀਂ, 2 ਨੰਬਰ ਤੋਂ ਚੱਲਦਾ। ਕਿਸਾਨ ਲਾ ਦਿੰਦੇ ਨੇ ਮੋਢਾ ਨੂੰ ਸਾੜ ਦਿੰਦੇ ਨੇ, ਹੁਣ ਕਿਸਾਨ ਵੀ ਲਾ ਦਿੰਦੇ ਨੇ, ਦੁੱਖ ਕਰਦੇ ਨੇ, ਡੰਗਰ ਆ ਚਾਰਦੇ ਨੇ ਪੈਲੀਆਂ 'ਚ, ਅਸੀਂ ਬਾਹਰ ਖੋਲਦੇ ਨਹੀਂ ਬਾਹਰ ਹੈ, ਅਤੇ ਉਹ ਅੱਗ ਉੱਗ ਲਾ ਕੇ ਸਾੜ ਸਿੱਧੇ ਸਭ ਕੁਝ, ਬਾਅਦ ਮਾਲ ਭੁੱਖਾ ਜਾਂਦੀ, ਯਾਨੀ ਚਰਾਈ ਦਾ ਮੌਕਾ ਨਹੀਂ ਮਿਲਦਾ ਨਾ, ਨਾ ਤੂੜੀ ਦਾ ਮੌਕਾ ਮਿਲਦਾ। ਇਹ ਦੱਸੋ, ਤੁਹਾਡੇ ਕੋਲ ਤਕਰੀਬਨ ਕਿੰਨੀਆਂ ਮੱਝਾਂ ਨੇ ਅਤੇ ਕਿੰਨੀਆਂ ਗਾਈਆਂ ਨੇ? ਇੱਥੇ ਮੈਂ 35-40 ਗਾਈਆਂ ਹੁੰਦੀ, ਕੋਈ 35-30-35 ਇਕੱਠੀਆਂ ਕੁੱਟੀਆਂ ਵਿੱਚ ਪਾ ਕੇ ਮੱਝਾਂ ਹੁੰਦੀ। ਅੱਛਾ, ਬਾਅਦ ਲੋਕਾਂ ਨੇ ਸਿਰਫ ਮੱਝਾਂ ਦੇ ਡੇਰੀ ਫਾਰਮ ਬਣਾਏ ਨੇ, ਬਾਅਦ ਲੋਕਾਂ ਨੇ ਸਿਰਫ ਗਾਈਆਂ ਦੇ ਡੇਰੀ ਫਾਰਮ ਬਣਾਏ ਨੇ, ਤੁਸੀਂ ਮੱਝਾਂ ਵੀ ਰੱਖੀਆਂ ਨੇ, ਗਾਈਆਂ ਵੀ ਰੱਖੀਆਂ ਨੇ, ਇਹਦੀ ਵਜ੍ਹਾ ਕੀ ਜੇ? ਬਈ ਗਰਮੀਆਂ 'ਚ ਜਿਹੜੀਆਂ ਗਾਈਆਂ ਦਿੰਦੀਆਂ ਨੇ ਦੁੱਧ, ਅਤੇ ਸਰਦੀਆਂ 'ਚ ਮਹਿੰਗੀਆਂ ਦਿੰਦੀਆਂ ਨੇ। ਵੈਰੀ ਗੁੱਡ, ਤੁਸੀਂ ਇੱਕ ਤਵਾਜ਼ਨ ਕਾਇਮ ਕੀਤਾ। ਅੱਛਾ, ਪਾਲਣ ਦੀ ਨਿਸਬਤ ਪਾਲਣਾ ਕਿਹਨੂੰ ਆਸਾਨ ਹੈ, ਮੱਝਾਂ ਨੂੰ ਜਾਂ ਗਾਈਆਂ ਨੂੰ? ਮੱਝਾਂ ਨੂੰ ਪਾਲਣਾ ਸੱਖ, ਅਤੇ ਖਰਚਾ ਘੱਟ ਮੱਝਾਂ 'ਤੇ ਹੁੰਦਾ ਜਾਂ ਗਾਈਆਂ 'ਤੇ? ਖਰਚਾ ਹੁਣ ਇੱਕ ਸੋਚੀਏ ਤੇ ਮਹੀਆਂ ਤੇ ਘੱਟ, ਤੇ ਗਾਈਆਂ ਦਾ ਜ਼ਿਆਦਾ, ਚੰਗੀ ਗਾਈ ਸਾਂਭੀਏ ਤੇ ਜ਼ਿਆਦਾ ਸਾਂਭ ਕਰਨੀ ਪੈਂਦੀ। ਅੱਛਾ, ਤੁਹਾਡੇ ਕੋਲ ਗਾਈਆਂ ਕਿਹੜੀ ਕਿਹੜੀ ਨਸਲ ਦੀਆਂ ਨੇ? ਦੋਗਲੀਆਂ ਨੇ। ਦੋਗਲੀ ਸਾਰੀਆਂ ਕਰਾਸ ਕੋਈ ਨਹੀਂ, ਅਤੇ ਮੱਝਾਂ ਕਿਹੜੀ ਕਿਹੜੀ ਨਸਲ ਦੀਆਂ ਜੇ? ਮਹੀਆਂ ਵੀ ਤਕਰੀਬਨ ਕੋਈ ਬਾਹਰੀ ਨੇ, ਕੋਈ ਦੇਸੀ ਨੇ, ਕੋਈ ਰਲੇ ਮਿਲੇ ਨੇ। ਅੱਛਾ, ਇਹ ਗਾਈਆਂ ਮੱਝਾਂ ਇੰਨੀਆਂ ਘਰ ਤੂੰ ਕੀਤੀਆਂ ਜੇ ਕਿ ਜਾਂ ਲੈ ਕੇ ਆਉਂਦੀਆਂ ਇਸ? ਨਹੀਂ, ਘਰ ਦੀਆਂ ਬਣੀਆਂ ਬਣੀਆਂ। ਅੱਛਾ, ਸ਼ੁਰੂ ਕਿੰਨੀਆਂ ਮੱਝਾਂ ਅਤੇ ਕਿੰਨੀਆਂ ਗਾਈਆਂ ਤੋਂ ਕੀਤਾ ਸੀ? ਸ਼ੁਰੂ ਤੋਂ ਥੋੜ੍ਹੇ ਕੁ ਡੱਲੇ ਸੀ, 5-7 ਗਾਈਆਂ ਅਤੇ 5-7 ਮਹੀਨੇ, ਹੌਲੀ ਹੌਲੀ ਫਿਰ ਸਾਰੇ ਜਮ੍ਹਾਂ ਜਮ੍ਹਾਂ ਤੋਂ। ਅੱਛਾ, ਤਕਰੀਬਨ 100 ਜਾਨਵਰ ਦੀ ਜਗ੍ਹਾ ਜਿਹੜੀ ਸ਼ੈੱਡ ਦੀ ਹੈ, ਕਿੰਨੀ ਕੁ ਜਗ੍ਹਾ ਜੇ ਟੋਟਲ? ਟੋਟਲ 2 ਕਨਾਲਾਂ। 2 ਕਨਾਲਾਂ, ਚਾਰੇ ਵਾਸਤੇ ਜ਼ਮੀਨ ਤੁਸੀਂ ਕਹਿੰਦੇ ਪਏ ਹੈ ਨਹੀਂ, ਹੈ ਬੜੀ ਘੱਟ ਹੈ, ਕਿੰਨੀ ਕੁ ਜ਼ਮੀਨ ਜੇ ਚਾਰੇ ਵਾਸਤੇ? ਚਾਰੇ ਵਾਸਤੇ ਆਪਣੀ ਤਾਂ 5 ਕਨਾਲ ਜ਼ਮੀਨ, ਅਤੇ ਬਾਕੀ ਇੰਨੇ ਜਾਨਵਰਾਂ ਦਾ ਚਾਰਾ ਅਰੇਂਜ ਕਿਵੇਂ ਕਰਦੇ ਹੋ? ਠੇਕੇ ਲਈ ਪੈਲੀ, ਉਹ ਇਸੇ ਵੇਲੇ ਵੀ ਛਡਾ ਲੈਂਦਾ ਕੋਈ ਦੇਹੜ ਦੇ। ਅੱਛਾ, ਅਤੇ ਤੁਸੀਂ ਇਹ ਦੱਸੋ ਕਿ ਇਹ ਜਾਨਵਰਾਂ ਨੂੰ ਫਿਰ ਕਿਵੇਂ ਗੁਜ਼ਾਰਾ ਕਰਦੇ ਹੋ, ਬਾਹਰ ਚਲਾਉਂਦੇ ਹੋ? ਬਾਹਰ ਕਿੰਨੇ ਟਾਈਮ ਚਲਾਉਂਦੇ ਹੋ? ਬਾਹਰ ਕੋਈ 7-8 ਘੰਟੇ ਖੋਲ੍ਹੀ। ਅਤੇ ਗਾਈਆਂ ਅਤੇ ਮੱਝਾਂ ਦੋਨਾਂ ਨੂੰ ਚਲਾਉਂਦੇ ਜਾਂ ਇੱਕ ਜਾਨਵਰ ਨੂੰ, ਇੱਕ ਗਾਈਆਂ ਨੂੰ ਜਾਂ ਮੱਝਾਂ ਨੂੰ? ਨਹੀਂ, ਮਿਕਸ ਇਕੱਠੇ, ਮਿਕਸ ਹੀ ਚਾਰਦੇ ਹੋ? ਅੱਛਾ, ਰੋਜ਼ਾਨਾ ਦਾ ਦੱਸੋ ਜਾਨਵਰ ਦੇ ਚਾਰੇ ਅਤੇ ਖੁਰਾਕ 'ਤੇ ਤੁਹਾਡਾ ਕਿੰਨਾ ਕੁ ਖਰਚਾ ਆ ਜਾਂਦਾ ਇੱਕ ਜਾਨਵਰ ਐਵਰੇਜ? ਇੱਕ ਜਾਨਵਰ ਦੇ ਕੋਈ ਰੁਪਇਆ 250-300 ਆ ਜਾਂਦਾ, 250-250 ਰੋਜ਼ਾਨਾ ਦਾ ਖਰਚਾ। ਅਤੇ ਤੁਹਾਡੀ ਗਾਈਆਂ ਕਿੰਨਾ ਕੁ ਦੁੱਧ ਦੇ ਛੱਡਦੀਆਂ ਨੇ, ਅਤੇ ਮੱਝਾਂ ਕਿੰਨਾ ਕੁ ਦੁੱਧ ਦੇ ਛੱਡਦੀਆਂ ਨੇ? ਦੁੱਧ ਮਹੀਆਂ ਦੇ ਸੱਜਰੀਆਂ ਸੂਈਆਂ ਹੋਣ 12-12 ਸਿਰ ਵੀ, 13-13 ਸਿਰ ਵੀ, 3-3 ਅੰਡੀ 4-8-7-7 ਸਿਰ, 8-9 ਸਿਰ। ਅਤੇ ਗਾਈਆਂ? ਗਾਈਆਂ ਵੀ ਸੱਜਰੀਆਂ ਹੋਣ 10-12 ਸਿਰ। ਅੱਛਾ, ਅੱਜ ਕੱਲ੍ਹ ਸਖਤੀ ਦੇ ਦਿਨ ਨੇ, ਖੁਸ਼ਕੇ ਦੇ ਦਿਨ ਨੇ, ਤੁਹਾਡਾ 100 ਜਾਨਵਰ ਤੁਹਾਡੇ ਡੇਰੀ ਫਾਰਮ ਤੋਂ ਰੋਜ਼ਾਨਾ ਦਾ ਤਕਰੀਬਨ ਕਿੰਨਾ ਕੁ ਦੁੱਧ ਤੁਸੀਂ ਵੇਚ ਛੱਡਦੇ ਹੋ? ਅੱਜ ਕੱਲ੍ਹ ਦੁੱਧ ਦੇ ਵਿੱਚ 5 ਮਣ ਹੁੰਦੇ, ਬਸ 5 ਮਣ ਹੈ। ਅੱਛਾ, ਕਦੇ ਖਰਚਾ ਕੱਢਿਆ ਜੀ, 5 ਮਣ ਵਿੱਚ ਤੁਹਾਡੀ ਬੱਚਤ ਕਿੰਨੀ ਹੈ ਅਤੇ ਖਰਚਾ ਕਿੰਨਾ ਹੈ? ਅੱਜ ਕੱਲ੍ਹ ਕੋਈ ਹਿਸਾਬ ਨਹੀਂ ਲੱਗਦਾ।
ਅੱਛਾ, ਦੁੱਧ ਵਾਲੇ ਜਾਨਵਰ ਵੈਸੇ ਕਿੰਨੇ ਨੇ? ਵੈਸੇ ਟੋਟਲ ਤੇ 100 ਜਾਨਵਰ ਵਿੱਚ ਦੁੱਧ ਵਾਲਾ ਕਿੰਨਾ? ਦੁੱਧ ਜੇ ਹੋ 30-35 ਹੁੰਦੇ ਗਾਈਆਂ ਵੀ। ਦੁੱਧ ਵਾਲੇ ਜਾਨਵਰ ਜਿਹੜੇ ਨੇ ਉੱਥੋਂ ਤੁਸੀਂ ਦੱਸ ਰਹੇ ਹੋ ਤਕਰੀਬਨ 35 ਜਾਨਵਰਾਂ ਤੋਂ ਤੁਸੀਂ 5 ਮਣ ਦੁੱਧ ਕਰ ਰਹੇ ਹੋ, ਠੀਕ। ਇਹ 5 ਮਣ ਦੁੱਧ ਤਕਰੀਬਨ ਕਿੰਨੇ ਦਾ ਚਲਾ ਜਾਂਦਾ? 60 ਰੁਪਏ ਕਿਲੋ। 60 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਰਹੇ ਹੋ। ਵੈਸੇ ਮਾਰਕੀਟ 'ਚ ਤਾਂ ਰੇਟ ਜ਼ਿਆਦਾ ਵੀ ਹੈ ਦੁਕਾਨਾਂ 'ਤੇ ਕੁਛ, ਲੇਕਿਨ ਤੁਹਾਡੇ ਕੋਲ ਐਸੇ ਰੇਟ ਲੈਂਦੇ ਨਹੀਂ ਹੈ ਰੇਟ ਦੇ ਉੱਤੇ, ਘੱਟ ਲੈਂਦੇ ਨੇ। ਜੇ ਹੁਣ ਦੇ ਤਾਂ ਫਿਰ ਤੰਗ ਕਰਦੇ ਨੇ ਜਾ ਕੇ ਸਿਆਲ 'ਚ, ਇਹਦੇ ਰੇਟ ਨਹੀਂ ਲੱਗਦਾ। ਉਹ ਪਿੱਛੇ ਲੱਗਦਾ ਨਹੀਂ, 2-3 ਮਹੀਨੇ ਦੁੱਧ ਬੜਾ ਖਰਾਬ ਹੋ ਗਿਆ ਮਤਲਬ ਕਿਤੇ। ਅੱਛਾ, ਕੈਮੀਕਲ ਵਾਲਾ ਦੁੱਧ ਬੜਾ ਵਿਕਦਾ, ਉਹਦੀ ਵਜ੍ਹਾ ਨਾਲ ਬੜਾ ਮਸਲਾ ਖਰਾਬ ਹੋਇਆ। ਕੈਮੀਕਲ ਵਾਲਾ ਦੁੱਧ ਵਿਕਣ ਦੀ ਵਜ੍ਹਾ ਤੋਂ ਤੁਹਾਡਾ ਦੁੱਧ ਬਹੁਤ ਮਸਲਾ ਖਰਾਬ ਹੈ, ਥੋੜ੍ਹਾ ਨਹੀਂ ਬਹੁਤ ਹੈ। ਬਿਲਕੁਲ ਸਹੀ ਹੈ, ਹੁਣ ਜਿਹਨੂੰ ਕੈਮੀਕਲ ਵਾਲਾ ਮਿਲ ਜਾਣਾ ਸਸਤਾ, ਉਹਨੂੰ ਕੀ ਲੋੜ ਸਾਡੇ ਦੁੱਧ ਲੈ ਕੇ? ਸਹੀ, ਮਿਲ ਜੇ ਹਰ ਸ਼ਾਇਦ ਦਾ ਰੇਟ ਵਧਣ ਡਿਆ, ਦੁੱਧ ਦਾ ਸਿਰਫ ਇਸ ਵਜ੍ਹਾ ਤੋਂ ਨਹੀਂ ਵੱਧਦਾ ਕਿ ਕੈਮੀਕਲ ਵਾਲਾ ਦੁੱਧ ਮਾਰਕੀਟ ਵਿੱਚ ਆ ਗਿਆ। ਇਹ ਦੁੱਧ ਬੰਦ ਹੋ ਜੇ ਸਾਰੇ ਕੰਮ ਸਿੱਧੇ ਹੋ ਜਾਂਦੇ। ਕੈਮੀਕਲ ਵਾਲੇ ਦੁੱਧ ਦੀ ਨਿਸ਼ਾਨੀ ਜਾਂ ਪਹਿਚਾਣ ਆਵਾਮ ਕਿਵੇਂ ਕਰ ਸਕਦੀ ਹੈ ਕਿ ਕੈਮੀਕਲ ਵਾਲਾ ਦੁੱਧ ਹੈ ਜਾਂ ਸਾਫ ਦੁੱਧ ਹੈ? ਪੰਜ ਉਹਦੇ ਨਾਲ ਕੀ, ਉਹਦੇ ਨਾਲ ਕੀ ਵਿੱਚ ਲੜੇ ਮੜੇ ਚੱਲਦਾ, ਸਾਰਿਆਂ ਨੂੰ ਪਤਾ, ਫੜੇ ਵੀ ਆਣੇ ਪਿਛਲੇ ਬੰਦੇ ਫਿਰ ਛੱਡ ਦਿੱਤੇ ਨੇ ਉਹਨਾਂ ਨੇ, ਕੋਪੜੀਆਂ ਫੜੀਆਂ ਵੀ ਆਣੇ, ਬੰਦੇ ਵੀ ਫੜੇ ਵੀ ਆਣੇ, ਬੜੇ ਸਿਆਲਕੋਟ ਹੀ ਬੰਦੇ ਫੜੇ ਗਏ ਫਿਰ ਛੱਡ ਦਿੰਦੇ ਨੇ, ਦੁਕਾਨਾਂ ਵੀ ਪਈਆਂ ਨੇ ਸਿਆਲਕੋਟ, ਉਹ ਫਿਰ ਟੈਂਕਰ ਜਾਂਦਾ ਵੀ ਹੈ ਉਹ, ਫਿਰ ਪੈਕਣਾ 'ਚ ਭੈਣੇ ਪੈਕ ਹੋਏ ਵੀ ਲੋਕੀ ਫੇਰਦੇ ਪਏ, ਥੋੜ੍ਹੇ ਥੋੜ੍ਹੇ ਲੋਕੀ ਲੱਗੇ ਜਾਂਦੇ ਪਏ। ਤੇ ਛੋਟੇ ਕਿਵੇਂ ਜਾਂਦੇ ਨੇ, ਮਤਲਬ ਤੁਸੀਂ ਕਹਿੰਦੇ ਫੜ ਕੇ ਫੇਰ ਛੱਡ ਦਿੰਦੇ ਨੇ? ਬਸ ਕੀ ਮਾਫੀਆ ਨਾ, ਮਾਫੀਆ ਸਰ, ਮਾਫੀਆ ਜਿਹੜਾ ਫਾਰਮਰ ਨੂੰ ਖੁਸ਼ਹਾਲ ਨਹੀਂ ਹੋਣ ਦੇਣਾ, ਡੰਗਰ ਵਾਲੇ ਨੂੰ ਬਸ ਬਹੁਤ ਹੀ ਇਹ ਮਾਰ ਪੈਂਦੀ ਵੀ ਉਹ ਡੰਗਰ ਵਾਲੇ ਕੋਈ ਮਾਰ ਮਾਰਦੀ, ਸਾਰੀ ਮਸਨੂਆਤ ਮਹਿੰਗੀਆਂ ਹੋ ਰਹੀਆਂ ਨੇ, ਦੁੱਧ ਇਹੋ ਰੇਟ ਚੱਲਦਾ ਪਿਆ ਘੱਟੇ ਤੋਂ, ਔਰ ਅਗਰ ਕੋਈ ਮਹਿੰਗਾ ਵੀ ਵੇਚਦਾ ਤਾਂ ਦੁਕਾਨਾਂ ਵਾਲੇ ਮਹਿੰਗਾ ਵੇਚਦੇ, ਦੁਕਾਨ ਵਾਲੇ ਮਹਿੰਗਾ ਵੇਚਦੇ, ਫਾਰਮਰ ਦਾ ਮਹਿੰਗਾ ਨਹੀਂ ਵੇਚਦਾ, ਫਾਰਮਰ ਨਹੀਂ ਵੇਚਦੇ। ਨਹੀਂ ਤੇ ਦੁੱਧ ਵੇਚਣ ਦਾ ਸਹੀ ਤਰੀਕਾ ਕੀ ਹੈ? ਤੁਸੀਂ ਲੋਕਲ ਪਿੰਡਾਂ 'ਚ ਸੇਲ ਕਰੋ ਤੇ ਜਾਂ ਆਪਣੀ ਕੋਈ ਦੁਕਾਨ ਬਣਾ ਲਓ, ਬਿਹਤਰੀਨ ਦੁੱਧ ਕਿਵੇਂ ਸੇਲ ਕਰ ਸਕਦੇ ਚੰਗੇ ਰੇਟ 'ਤੇ? ਆਪਣੀ ਦੁਕਾਨ 'ਤੇ ਫਿਰ ਤਾਂ ਸਾਰਿਆਂ ਤੋਂ ਅੱਛਾ ਕੰਮ ਹੁੰਦਾ। ਅਤੇ ਤੁਹਾਡੀ ਆਪਣੀ ਦੁਕਾਨ ਨਹੀਂ? ਨਹੀਂ ਆਪਣੀ। ਤੁਹਾਡੇ ਕੋਲ ਦੁੱਧ ਹੀ ਅੱਜ ਕੱਲ੍ਹ ਕਿਹੜੀ ਕੀਮਤ 'ਤੇ ਖਰੀਦ ਰਹੇ ਨੇ? ਦੁੱਧ ਹੀ ਅੱਜ ਕੱਲ੍ਹ ਪਿੰਡਾਂ 'ਚੋਂ ਖਰੀਦ ਰਹੇ ਨੇ 70-75 ਆਹ 80 ਰੁਪਏ ਨੇ ਰਾਮੀਆਂ ਨੂੰ, ਲੇਕਿਨ ਤੁਹਾਡੇ ਕੋਲੋਂ 67 ਰੁਪਏ ਖਰੀਦ ਰਹੇ ਨੇ ਉਹ ਸਿਆਲਕੋਟ, ਸਿਆਲਕੋਟ ਜਾ ਕੇ ਮਿਕਸਰ ਖਰੀਦੇ ਗਾਈਆਂ ਦੇ ਵਿੱਚ ਮੀਆਂ ਮਿਕਸ। ਵੈਸੇ ਗਾਈਆਂ ਦਾ ਸਿਆਲਕੋਟ 'ਚ ਘੱਟ ਵੇਚਦਾ, ਘੱਟ ਵੇਚਦਾ, ਬਿਲਕੁਲ ਲੈਂਦੀ ਨਹੀਂ ਗਾਈਆਂ, ਮੇਰਾ ਨਾਂ ਲਈ ਗਾਈਆਂ ਦਾ ਇਹ ਨਹੀਂ ਲੈਂਦੇ। ਅੱਛਾ, ਗਾਈਆਂ ਕਿਹੜੇ ਇਲਾਕੇ ਤੋਂ ਖਰੀਦੀਆਂ ਸਨ? ਗਾਈਆਂ ਆਪਣੀਆਂ ਘਰ ਦੀਆਂ ਨਹੀਂ, ਸ਼ੁਰੂ ਤੋਂ ਆਪਣੀ ਘਰ ਦੀਆਂ ਰੱਖੀਆਂ ਤੇ ਮੱਝਾਂ ਵੀ ਘਰ ਦੀਆਂ ਸਾਰੀਆਂ, ਘਰ ਦੀਆਂ ਬੋਤੀਆਂ ਨੇ ਮੈਂ ਤਾਂ ਮੁੰਦ ਕੀਤੀ ਤੇ ਪਾਲੀ। ਕਿੰਨੀਆਂ ਮੱਝਾਂ ਤੋਂ ਸਟਾਰਟ ਲਿਆ ਹਜੇ? ਮੱਝਾਂ ਹੈ ਕੋਈ ਉਦੋਂ 15 ਤੋਂ ਤੁਹਾਡਾ ਮਾਸ਼ਾਅੱਲਾ ਬਣ ਗਿਆ ਸੈਟਅਪ ਜੀ, ਤੇ ਕਿੰਨੇ ਬੰਦੇ ਇਹਦੇ ਤੇ ਕੰਮ ਕਰਦੇ ਹੋ? ਬੰਦੇ ਕੋ 7-8 ਹੈ। 7-8 ਬੰਦੇ, ਉਹ ਗਿਣਾ ਸਕਦੇ ਹੋ ਕਿਹੜਾ ਕਿਹੜਾ ਕੰਮ ਕਰਦੇ ਨੇ 7-8 ਬੰਦੇ? ਮਤਲਬ ਉਹ ਕੰਮ ਤਕਸੀਮ ਕੀਤੇ ਜੀ ਜਾਂ ਮਿਲ ਕੇ ਸਾਰੇ ਕੰਮ? ਮਿਲ ਕੇ ਇਕੱਠੇ ਕਰ, ਮਿਲ ਕੇ ਕਰਦੇ ਹੋ, ਠੀਕ ਹੈ। ਇੱਕ ਬੰਦਾ ਸਕਦਾ ਸਿਰ ਗੋਹੇ ਦਾ ਕੰਮ ਪਕਾਇਆ ਸਾਰੇ ਮਿਲ ਕੇ? ਰੋਜ਼ਾਨਾ ਦਾ ਕਿੰਨੇ ਤੋੜੇ ਚੋਕਰ ਪੈ ਜਾਂਦਾ? ਚੋਕਰ ਪਾ ਰਹੇ ਕੋ 5 ਤੋੜੇ, 5 ਤੋੜੇ ਰੋਜ਼ਾਨਾ ਪੈ ਜਾਂਦਾ। ਖਲ ਕਿੰਨੀ ਪੈ ਜਾਂਦੀ ਰੋਜ਼ਾਨਾ? ਖਲ ਤਾਂ ਤੋੜਾ ਪਾਉਂਦੇ ਆ ਕੋੜੀ ਦਾ ਝੂਠ ਦਾ। 1 ਤੋੜਾ ਕਿੰਨੇ ਕਿਲੋ ਦਾ ਹੁੰਦੀ? ਨਾ 35-40 ਕਿਲੋ ਹੁੰਦੀ। ਤੂੜੀ ਕਿੰਨੀ ਪੈ ਜਾਂਦੀ ਰੋਜ਼ਾਨਾ ਦੀ? ਤੂੜੀ ਪਾੜ ਦੀ ਕੋਈ 8 ਕੁ ਮਾਣ ਅੱਜ ਕੱਲ੍ਹ, ਕੋਈ ਟਰਾਲੀ ਇੱਕ ਪੱਠੇ ਨੂੰ ਪਾੜ ਜੀ ਚਲੇ ਆ ਜਵਾਰ ਦੀ। ਸਹੀ, ਤੂੜੀ ਦਾ ਅੱਜ ਕੱਲ੍ਹ ਰੇਟ ਕੀ ਚੱਲ ਰਿਹਾ ਜੀ? 700 ਰੁਪਏ, 700 ਰੁਪਈਏ ਮਾਣ ਜੀ। ਤੇ ਜੀ ਫਰੈਂਡਸ, ਇਸ ਇਲਾਕੇ 'ਚ ਯਾਨੀ ਸਿਆਲਕੋਟ ਦੇ ਇਲਾਕੇ 'ਚ ਰੇਟ ਹੈ, ਬਾਕੀ ਤੁਸੀਂ ਹੋਰ ਇਲਾਕਿਆਂ 'ਚ ਦੇਖ ਰਹੇ ਹੋਵੋਗੇ ਸ਼ਾਇਦ ਉੱਧਰ ਸਸਤਾ ਹੋਏ, ਲੇਕਿਨ ਇੱਥੇ ਇਹੀ ਚੱਲ ਰਿਹਾ 650-700 ਰੁਪਏ। 1000 ਰੁਪਏ ਪਹਿਲਾਂ ਵਿਕੀ ਤੂੜੀ ਆਇਆ, ਥੋੜ੍ਹੀ ਆ ਪਿੱਛਾ ਪਹਿਲਾਂ। ਕੀ ਵਜ੍ਹਾ ਹੋਈ ਕਿ ਇੰਨੀ ਮਹਿੰਗੀ ਕਿਉਂ ਹੋ ਗਈ ਤੂੜੀ? ਤੂੜੀ ਤੁਹਾਨੂੰ ਦੱਸਿਆ ਬਈ ਆ ਜਿਹੜੀ ਅੱਗ ਲੱਗ ਜਾਂਦੀ ਹੈ, ਅੱਗ ਨਾ ਲੱਗੇ ਤਾਂ ਤੂੜੀ ਮਹੀਨਾ ਡੇਢ ਤੂੜੀ ਪਈ ਰਹੇ, ਆਰਾਮ ਨਾਲ ਲੋਕ ਵੱਢਣ, ਲੋਕ ਜਲਦਬਾਜ਼ੀ ਹੁੰਦੀ, ਬਸ ਉਹ ਵੱਢ ਗਿਆ ਉਹ ਵੱਢ ਗਿਆ, ਅੱਗ ਲਾ ਹਟ ਜਾਣ, ਬਸ ਕੰਮ ਹੋ ਜਾਂਦਾ ਤੂੜੀ।
ਹਕੂਮਤ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਅੱਗ ਲਾਉਣ ਵਾਲਿਆਂ ਨੂੰ ਕੋਈ ਪਾਬੰਦੀ ਲਾਈ ਜਾਏ ਕਿ ਪਿੱਛੇ ਜੀ ਲੱਗੀ ਵੀ ਅਸੀਂ ਪਾਬੰਦੀ ਪਰਾਲੀ ਤੇ ਫਿਰ ਮੁੜ ਕੇ ਲੜਨੇ ਸ਼ੁਰੂ ਹੋ ਗਏ ਕੰਮ ਐਤਕੀ ਤੇ ਪਤਾ ਲਗਾ ਕੇ ਕਿਹੜੇ ਲੱਗ ਗਈ। ਅੱਛਾ ਇਹ ਦੱਸੋ 20-25 ਸਾਲਾਂ ਵਿੱਚ ਤੁਹਾਡਾ ਕੋਈ ਜਾਨਵਰ ਜ਼ਾਇਆ ਤੇ ਨਹੀਂ ਕਦੇ ਹੋਇਆ? ਉਹ ਭੈਣ ਉਹ ਜ਼ਾਇਆ ਹੋਣ ਦੀ ਵਜੂਹਾਤ ਕੀ ਨੇ? ਬਸ ਬਿਮਾਰੀਆਂ ਲਗਾ ਲਗ ਲੱਗ ਜਾਂਦੇ ਨੇ। ਠੀਕ ਹੈ, ਅਤੇ ਇਹਨਾਂ ਨੂੰ ਜਨ ਬਿਮਾਰੀਆਂ ਨੂੰ ਬਚਾਉਣ ਵਾਸਤੇ ਕੀ ਲਾਹਾ ਅਮਲ ਅਖਤਿਆਰ ਕਰਦੇ ਹੋ? ਕਿੰਜ ਇਹਨਾਂ ਨੂੰ ਬਿਮਾਰੀਆਂ ਨੂੰ ਬਚਾਉਂਦੇ ਹੋ? ਬਸ ਡਾਕਟਰ ਨੂੰ ਵੀ ਚੱਕ ਚੁੱਕ ਕਰਵਾਈਦੇ ਨੇ। ਡਾਕਟਰ ਚੱਕਰ ਲਾਉਂਦਾ ਰਹਿੰਦਾ? ਅੱਛਾ, ਇਹ ਫਾਰਮ 'ਤੇ ਮੈਂ ਦੇਖਿਆ ਕੁਛ ਲੋਕਾਂ ਨੇ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਹੁੰਦੀ ਹੈ ਫਾਰਮ ਬਣਾਉਣ 'ਤੇ, ਲੇਕਿਨ ਤੁਸੀਂ ਇਹ ਸਾਦਾ ਜਿਹਾ ਸ਼ੈੱਡ ਬਣਾਇਆ, ਇਹ ਸਾਦਾ ਸ਼ੈੱਡ ਬਣਾਉਣ 'ਤੇ ਤੁਹਾਡਾ ਕਿੰਨਾ ਖਰਚਾ ਆ ਗਿਆ ਜਿਹੜਾ ਬਰਾਮਦਾ ਜਿਹਾ ਬਣਾਇਆ? ਖਰਚੇ ਬਹੁਤ ਇਹਨਾਂ ਪੁਰਾਣੇ ਖਰਚੇ ਹੁਣ ਨਵੇਂ ਸ਼ੁਰੂ ਕਰ ਟੁੱਟੇ ਟੱਡੇ ਨੇ ਚਲੋ। ਉਸ ਦੌਰ ਵਿੱਚ ਕਿੰਨਾ ਖਰਚਾ ਆਇਆ ਸੀ? ਉਹ ਟਾਈਮ ਰੁਪਇਆ ਕੋਈ 10-15 ਲੱਖ ਲੱਗ ਹੀ ਗਏ ਛਿੱਡਾ ਛੁੱਡਾਂ 'ਤੇ। 10-15 ਲੱਖ ਵਿਚਾਰੇ ਟਾਊਟਾ ਪਾ ਕੇ ਲੈ ਗਈ ਸਾਰਾ ਮੁਕੰਮਲ। ਦੁੱਧ ਵਧਾਉਣ ਦਾ ਕੋਈ ਨੁਸਖਾ ਦੱਸੋ, ਜਾਨਵਰ ਨੂੰ ਕੀ ਪਾਉਣਾ ਚਾਹੀਦਾ ਕਿ ਉਹ ਅੱਛਾ ਦੁੱਧ ਦੇ? ਦੁੱਧ ਪਾਣੀ ਅਸੀਂ ਵੰਡੇ ਪਾ ਪਾ ਕੇ ਵੇਖਿਆ, ਰੋਟੀਆਂ ਦੁੱਧ ਕਣਕ ਦਾ ਦਲੀਏ ਤੋਂ ਵੱਧ ਕੋਈ ਚੀਜ਼ ਨਹੀਂ ਹੈ। ਦਲੀਏ ਤੋਂ ਵੱਧ ਕੋਈ ਚੀਜ਼ ਨਹੀਂ ਹੈ? ਸਭ ਵੰਡਾ 2 ਨੰਬਰਾਂ ਦੇ। ਰੋਟੀਆਂ ਵੀ ਬਿਹਤਰ ਨੇ? ਬਿਹਤਰ। ਰੋਟੀਆਂ ਛਾਂਟੂ ਘਰ ਵਾਲੇ ਕੋਲ ਲੈ ਲੈਂਦੇ ਹੋ? ਆਹ ਉਹਨੇ ਕੋਲ। ਕੀ ਰੇਟ ਮਿਲ ਰਹੀਆਂ ਨੇ ਅੱਜ ਕੱਲ੍ਹ ਰੋਟੀਆਂ? ਐਟਮ 1300 ਦੇ ਮਿਲਦੇ। 1300 ਤੋਂ ਮਾਣ ਵਾ। ਸੂਣ ਵਾਲੇ ਜਾਨਵਰ ਵਾਸਤੇ ਕੋਈ ਖਾਸ ਜਿਹੜੀ ਚੀਜ਼ ਤੁਸੀਂ ਇਸਤੇਮਾਲ ਕਰਦੇ ਹੋ? ਸੂਣ ਵਾਲੇ ਕੌੜੀ ਖਾਲੀ ਪਾਈ ਦੀ ਹੈ, ਚੋਕਰ ਕੌੜੀ ਖਾਲੀ। ਕੋਈ ਘਿਓ ਸ਼ੋ ਤਾਂ ਨਹੀਂ ਦਿੰਦੇ? ਬਾਅਦ ਲੋਕ ਕਹਿੰਦੇ ਨੇ ਘਿਓ ਦੇਣਾ ਚਾਹੀਦਾ। ਦੇਣਾ ਚਾਹੀਦਾ ਘਿਓ, ਜ਼ਰਾ ਮੌਸਮ ਦੇ ਲਿਆ ਸਿਆਲ ਚੇਤਰ ਫੱਗਣ ਸਿਆਲ 'ਚ। ਅੱਜ ਕੱਲ੍ਹ ਜਿਹੜੀ ਮੱਝ ਸੂਣ ਵਾਲੀ ਉਹਨੂੰ ਅੱਜ ਕੱਲ੍ਹ ਨਹੀਂ ਦਿੰਦੇ ਘਿਓ? ਅੱਜ ਕੱਲ੍ਹ ਇੰਝ ਸੁਣਦੀ ਹੈ ਜੀ, ਤੇਲ ਵੀ ਨਹੀਂ ਦਿੰਦੇ? ਉਹ ਖੀਰ ਦੋ ਦਲੀਆ ਬਣਾ ਬਣੂ ਕੇ ਬਾਅਦ ਸੂ ਪੈਂਦੀ ਜਦੋਂ ਦੁੱਧ ਤੁਰੇ ਜਿਵੇਂ। ਅੱਛਾ, ਸਵੇਰ ਤੋਂ ਲੱਗ ਕੇ ਸ਼ਾਮ ਤੱਕ ਆਪਣੇ ਸ਼ੈੱਡ ਦੀ ਰੂਟੀਨ ਦੱਸੋ ਕਿ ਸਵੇਰੇ ਜਾਨਵਰਾਂ ਨੂੰ ਕੀ ਕਰਦੇ ਹੋ? ਸ਼ਾਮ ਤੱਕ ਪੱਠੇ ਪਾਣੀ ਬਾਹਰ ਸਾਰਾ ਸ਼ਡਿਊਲ ਦੱਸ ਛੋੜੋ ਸ਼ਾਮ ਤੱਕ ਦਾ। ਸਵੇਰੇ ਇਹਨਾਂ ਨੂੰ ਪਹਿਲਾਂ ਪੱਠੇ ਪਾਉਣੇ ਮੋਟ ਮੋਟ ਪਾੜਾ, ਕਿੰਨੇ ਵਜੇ? ਸੁਬਾਹ ਭਾਈ 6 ਵਜੇ ਨੂੰ। ਉਸ ਤੋਂ ਬਾਅਦ? ਉਸ ਤੋਂ ਬਾਅਦ ਚੋ ਜਾ ਕੇ ਫਿਰ ਪਾਣੀ ਸਾਨੂੰ ਜਾ ਕੇ ਬਾਹਰ ਕੱਢਣੀਆਂ, ਬਾਹਰ ਫੇਰਨੀ ਤੋਰਨੀਆਂ, ਬਾਹਰ ਪਾਣੀ ਡਾਣਾ, ਫਿਰ ਦੁਪਹਿਰ ਨਵਾ ਲੈਣੀਆਂ ਨੇ। ਠੀਕ ਹੈ, ਨਵਾ ਲੈਣੀਆਂ ਕਿੱਥੇ ਨੇ? ਇੱਥੇ ਬਾਹਰ ਨਹੀਂ, ਬਾਹਰ ਇੱਕ ਵੇਲੀ ਉੱਥੇ ਬਾਹਰ ਵੀ ਵੇਲੀ ਹੈ ਤੁਹਾਡੀ? ਮੋਟਰ ਲੱਗੀ। ਠੀਕ ਹੈ, ਉੱਥੇ ਨਵਾਉਣ ਤੋਂ ਬਾਅਦ? ਅੱਛਾ, ਗਾਈਆਂ ਵੀ ਨਵਾਉਂਦੇ ਹੋ ਜਾਂ ਸਿਰਫ ਮੱਝਾਂ ਨੂੰ? ਨਹੀਂ ਮੱਝਾਂ। ਠੀਕ ਹੈ, ਫਿਰ ਬਸ ਐਸ ਲਿਆ ਕੇ ਨਵਾਲੀ, ਫਿਰ ਪੱਠੇ ਪਾਣੀ ਸ਼ੁਰੂ ਕਰਨੇ, ਧਾਰਾ ਧੁਰਾ ਕੱਢ ਲਾ ਪਹਿਲਾਂ। ਅੱਛਾ, ਜੋ ਸ਼ਦੀਦ ਬਾਰਿਸ਼ ਹੁੰਦੀ ਹੈ ਜੀ, ਉਦੋਂ ਇਹ ਛੋਟੇ ਜਿਹੇ ਸ਼ੈੱਡ ਦੀ ਜਗ੍ਹਾ ਤੁਹਾਡੀ ਘੱਟ ਹੈ, ਇੰਨੇ ਜਾਨਵਰ ਸਮਾ ਜਾਂਦੇ ਨੇ, ਇਹਨਾਂ ਦੇ ਬੱਚੇ ਵੀ ਨੇ, ਬੱਛੜੇ ਵੀ ਨੇ ਅਤੇ ਕੱਟੇ ਵੀ ਨੇ, ਕੱਟੜੀਆਂ ਵੀ ਨੇ? ਉਹ ਘਰ ਵੀ ਇੱਕ ਬਰਾਂਡ ਹੈ, ਉੱਥੇ ਬੰਨੀ ਵੀ। ਅੱਛਾ, ਹੋਰ ਜਗ੍ਹਾ 'ਤੇ ਅੱਗੇ ਸ਼ਿਫਟ ਕਰ ਸਕਦੇ? ਉੱਥੇ ਜਾ ਸ਼ਿਫਟ ਕਰੀਏ, ਇੱਥੇ ਥੋੜ੍ਹਾ ਮਾਲ ਪਾਈ। ਬਹੁਤ ਸ਼ੁਕਰੀਆ ਬਾਈ, ਤੁਸੀਂ ਬੜੀ ਜ਼ਿਆਦਾ ਮਾਲੂਮਾਤ ਸਾਨੂੰ ਦਿੱਤੀਆਂ ਨੇ, ਤੁਹਾਡਾ ਇੱਕ ਵਾਰੀ ਫਿਰ ਸ਼ੁਕਰੀਆ। ਅਸਲਾਮ ਵਾਲੇਕੁਮ।